ਮੰਗਲਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹ ਵੱਲੋਂ ਕੀਤਾ ਗਿਆ 5 ਰੋਜ਼ਾ ਧਰਨਾ ਸ਼ੁਰੂ। ਇਸ ਮੌਕੇ ਸੂਬਾ ਆਗੂ ਝੰਡਾ ਸਿੰਘ ਅਜੀਠੂਗੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਸ ਨੂੰ ਲੈ ਕੇ ਉਹਨਾਂ ਵੱਲੋਂ ਜੋ ਹਜੇ ਤੱਕ ਪੂਰੇ ਨਹੀਂ ਕੀਤੇ ਉਸ ਨੂੰ ਲੈ ਕੇ ਉਹਨਾਂ ਵੱਲੋਂ 5 ਰੋਜ਼ ਧਰਨਾ ਸ਼ੁਰੂ ਕੀਤਾ ਗਿਆ ਅਤੇ ਅਗਰ ਇਸ ਦੇ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ ਉਹ 10 ਤਰੀਕ ਨੂੰ 10 ਫਰਵਰੀ ਨੂੰ ਵੱਡਾ ਐਲਾਨ ਕਰਨਗੇ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਵਿਖੇ ਇਹ ਆਪਣਾ ਧਰਨਾ ਪ੍ਰਦਰਸ਼ਨ ਉੱਥੇ ਇਹਨਾਂ ਵੱਲੋਂ ਸ਼ੁਰੂ ਕੀਤਾ ਜਾਵੇਗਾ। ਦੇਖ ਲਓ ਤਸਵੀਰਾਂ ਤੁਸੀਂ ਬਠਿੰਡਾ ਦੇ ਮਿੰਨੀ ਸੈਕਟਰੀਟ ਦੇ ਬਾਹਰ ਦੀਆਂ ਜਿੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਆਪਣਾ ਧਰਨਾ ਪ੍ਰਦਰਸ਼ਨ ਇਹ ਆਪਣਾ ਇਹਨਾਂ ਵੱਲੋਂ ਸ਼ੁਰੂ ਕੀਤਾ ਗਿਆ। 5 ਰੋਜ਼ਾ ਇਹ ਆਪਣਾ ਧਰਨਾ ਇਹਨਾਂ ਵੱਲੋਂ ਅੱਜ ਸ਼ੁਰੂ ਕਰ ਦਿੱਤਾ ਹੈ। ਮੈਂ ਹਰਿੰਦਰ ਬਿੰਦੂ, ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ, ਬਠਿੰਡਾ ਜ਼ਿਲ੍ਹੇ ਦੀ ਪ੍ਰਧਾਨ ਸੂਬਾ ਆਗੂ। ਅੱਜ ਅਸੀਂ ਸੂਬਾ ਕਮੇਟੀ ਦੇ ਸੱਦੇ 'ਤੇ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ 'ਤੇ 5-6 ਫਰਵਰੀ ਤੋਂ ਲੈ ਕੇ 10 ਫਰਵਰੀ ਤੱਕ ਜਿਹੜੇ 5 ਰੋਜ਼ਾ ਮੋਰਚੇ ਆ ਦਿਨ ਰਾਤ ਦੇ ਉਹ ਲਾ ਰਹੇ ਹੈਗੇ ਆ। ਜਿਹੜੀ ਸਾਡੀਆਂ ਮੰਗਾਂ ਨੇ ਨਵੀਂ ਖੇਤੀ ਨੀਤੀ ਜਿਹਦਾ ਵਾਅਦਾ ਕਰਕੇ ਆਈ ਸੀਗੀ ਪੰਜਾਬ ਸਰਕਾਰ, ਇਸ ਨਵੀਂ ਖੇਤੀ ਨੀਤੀ ਨੂੰ ਬਣਾਉਣ ਦੇ ਲਈ ਕਿ ਜਿਹੜੀ ਲੋਕਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਪੱਖ ਦੀ ਹੋਵੇ, ਇਸ ਨੀਤੀ ਨੂੰ ਲੈ ਕੇ ਇਹਦੇ ਕਾਫੀ ਸਾਰੇ ਲਾੜ ਹੈ, ਪੱਖ ਹੈ ਮੰਗਾਂ ਦੇ, ਚਾਹੇ ਉਹ ਖੁਦਕੁਸ਼ੀਆਂ ਦਾ, ਕਰਜ਼ਿਆਂ ਦਾ, ਜ਼ਮੀਨ ਦਾ, ਜਿਹੜੀ MSP ਤੋਂ ਸਰਕਾਰ ਭੱਜ ਰਹੀ ਹੈ, ਉਹ ਸਰਕਾਰੀ ਖਰੀਦ ਦਾ ਹੈਗਾ, ਪਾਣੀਆਂ ਦਾ ਹੈਗਾ, ਇਹਨਾਂ ਮੰਗਾਂ ਨੂੰ ਮਨਾਉਣ ਨੂੰ ਲੈ ਕੇ ਅਸੀਂ ਇੱਥੇ ਬੈਠੇ ਹਾਂ। ਜੇ ਸਾਡੀਆਂ ਇੱਥੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿਹੜੀਆਂ DC ਨਾਲ ਸੰਬੰਧਿਤ ਹੈ, ਉਹਨਾਂ ਨੂੰ ਮਨਾਉਣ ਦੇ ਲਈ ਤਾਂ ਉਸ ਤੋਂ ਬਾਅਦ 10 ਫਰਵਰੀ ਨੂੰ ਜਦੋਂ ਇਹ ਮੋਰਚਾ ਖਤਮ ਹੋਣਾ, ਉੱਥੇ ਐਲਾਨ ਹੋਣਾ ਸੂਬਾ ਕਮੇਟੀ ਵੱਲੋਂ, ਉਸ ਤੋਂ ਬਾਅਦ ਚੰਡੀਗੜ੍ਹ ਦਾ ਪ੍ਰੋਗਰਾਮ ਹੋਊਗਾ, ਉੱਥੋਂ ਦੀ ਵੀ ਅਸੀਂ ਤਿਆਰੀ ਜ਼ੋਰ ਸ਼ੋਰ ਨਾਲ ਕਰਾਂਗੇ। ਇਹਦੇ ਵਿੱਚ ਵੀ ਸਾਡੀਆਂ ਔਰਤਾਂ ਵੱਧ ਚੜ੍ਹ ਕੇ ਆ ਰਹੀਆਂ ਨੇ। 8 ਤਰੀਕ ਨੂੰ ਅਸੀਂ ਔਰਤਾਂ ਦਾ ਵਿਸ਼ੇਸ਼ ਵੱਡਾ ਇਕੱਠ ਵੀ ਕਰ ਰਹੇ ਹਾਂ ਇਸ ਮੋਰਚਿਆਂ ਦੇ ਵਿੱਚ। ਮੇਰਾ ਨਾਂ ਸ਼ੰਗਾਰਾ ਸਿੰਘ ਮਾਨ, ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਦਾ ਜ਼ਿਲ੍ਹਾ ਬਠਿੰਡੇ ਦਾ ਪ੍ਰਧਾਨ ਹੈ। ਅੱਜ ਮਾਮਲਾ ਜਿਹੜਾ ਹੈਗਾ ਸਾਡੀ ਜਥੇਬੰਦੀ BKU ਏਕਤਾ ਗੁਰਾਹਾਂ ਵੱਲੋਂ ਪੰਜਾਬ ਸਰਕਾਰ ਦੇ ਨਾਲ ਜੋ ਸੰਬੰਧਿਤ ਮੰਗਾਂ ਹੈ ਉਹਨਾਂ ਮੰਗਾਂ ਨੂੰ ਲੈ ਕੇ 5 ਰੋਜ਼ਾ ਮੋਰਚਾ ਜਿਹੜਾ ਉਹ ਸ਼ੁਰੂ ਕੀਤਾ ਜਾ ਰਿਹਾ ਸਾਰੇ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ। ਉਹਦੀ ਕੜੀ ਵਜੋਂ ਬਠਿੰਡਾ ਕਮੇਟੀ ਵੱਲੋਂ ਵੀ ਇਹ ਮੋਰਚਾ ਜਿਹੜਾ 5 ਰੋਜ਼ਾ ਲਗਾਤਾਰ ਦਿਨ ਰਾਤ ਚੱਲਣਾ ਹੈ ਅਤੇ ਇਸ ਮੋਰਚੇ ਦੀਆਂ ਜਿਹੜੀਆਂ ਮੰਗਾਂ ਹੈ, ਕਿਉਂਕਿ ਪੰਜਾਬ ਸਰਕਾਰ ਨੇ ਆਉਂਦਿਆਂ ਸਾਰ ਕਹੇ ਸੀ ਵੀ ਅਸੀਂ ਖੇਤੀ ਨੀਤੀ 'ਚ ਬਦਲਾਅ ਲਿਆਵਾਂਗੇ, ਖੇਤੀ ਨੀਤੀ ਲੈ ਕੇ ਆਵਾਂਗੇ। ਸਾਡੀ ਪਹਿਲੀ ਮੰਗ ਹੀ ਇਹੋ ਆ ਵੀ ਪੰਜਾਬ ਸਰਕਾਰ ਖੇਤੀ ਨੀਤੀ ਲੈ ਕੇ ਆਵੇ, ਜਿਹਦੇ ਵਿੱਚ ਅਸੀਂ ਕਿਹਾ ਸੰਸਾਰ ਵਪਾਰ ਜਥੇਬੰਦੀ ਤੋਂ, ਸੰਸਾਰ ਬੈਂਕ ਤੋਂ, ਕਾਰਪੋਰੇਟ ਘਰਾਣਿਆਂ ਤੋਂ, ਸਾਮਰਾਜੀ ਮੁਲਕਾਂ ਤੋਂ ਖੇਤੀ ਮੁਕਤ ਹੋਵੇ, ਖੇਤੀ ਆਪਦੇ ਪੈਰਾਂ 'ਤੇ ਖੜ੍ਹੀ ਹੋਵੇ। ਦੂਜੀ ਸਾਡੀ ਇਹਦੇ ਨਾਲ ਮੰਗ ਹੈ ਕਿ ਜ਼ਮੀਨਾਂ ਨਾਲ ਸੰਬੰਧਿਤ ਸਾਰੇ ਬੇਜ਼ਮੀਨੇ, ਥੋੜ੍ਹ ਜ਼ਮੀਨੇ ਕਿਸਾਨਾਂ ਮਜ਼ਦੂਰਾਂ ਦੀਆਂ ਜ਼ਮੀਨ ਦੀ ਹੈ ਜਿਹੜੀ ਤੋਟ, ਉਹ ਪੂਰੀ ਕੀਤੀ ਜਾਵੇ। ਤੀਜੀ ਮੰਗ ਸਾਡੀ ਵੱਡੀ ਹੈ, ਕਰਜ਼ਿਆਂ ਨਾਲ ਅਸੀਂ ਖੁੰਗਲ ਹੋ ਚੁੱਕੇ ਹਾਂ, ਇਹ ਕਰਜ਼ਿਆਂ 'ਤੇ ਨੀਤੀ ਦੇ ਤਹਿਤ ਲੀਕ ਮਾਰੀ ਜਾਵੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹੋ ਜਿਹਾ ਕਰਜ਼ਾ ਕਾਨੂੰਨ ਬਣਾਵੇ ਪੰਜਾਬ ਸਰਕਾਰ ਵੀ ਪੰਜਾਬ ਦਾ ਕਿਸਾਨ ਮਜ਼ਦੂਰ ਕਰਜ਼ਾਈ ਨਾ ਹੋਵੇ। ਇਵੇਂ ਜਿਵੇਂ ਪਾਣੀ ਨਾਲ ਸੰਬੰਧਿਤ ਮੰਗਾਂ ਝੋਨੇ ਹੇਠੋਂ ਰਕਬਾ ਕੱਢੇ, ਬਾਕੀ ਫਸਲਾਂ ਦੀ MSP ਦੇ ਕੇ ਝੋਨੇ ਦੇ ਮੁਕਾਬਲੇ ਕਿਸਾਨਾਂ ਦੀ ਆਮਦਨ ਬਰਾਬਰ ਹੋਵੇ। ਬੇਰੁਜ਼ਗਾਰੀ ਦਾ ਮਾਮਲਾ ਸਾਡਾ ਵਿੱਚ ਲਿਆ ਹੋਇਆ, ਕਿਉਂਕਿ ਖੇਤੀ ਪਹਿਲਾਂ ਹੀ ਬੇਰੁਜ਼ਗਾਰਾਂ ਨੂੰ ਬਹੁਤ ਰੁਜ਼ਗਾਰ ਦਿੰਦੀ ਸੀ ਅਤੇ ਹੁਣ ਜਿਹੜੀ ਆ ਨਵੀਂ ਤਕਨੀਕ ਨੇ ਰੁਜ਼ਗਾਰ ਸਾਰਾ ਖੋਲਿਆ, ਖੇਤੀ ਦੇ ਹਿਸਾਬ ਨਾਲ ਸਾਰਿਆਂ ਨੂੰ ਰੁਜ਼ਗਾਰ ਦਾ ਮਸਲਾ ਹੱਲ ਹੋਵੇ। ਇਸੇ ਤਰ੍ਹਾਂ ਨਸ਼ਿਆਂ ਦਾ ਮਾਮਲਾ ਸਾਡਾ ਇਹਦੇ 'ਚ ਮੁੱਦਾ ਲਿਆ ਹੋਇਆ ਵੀ ਨਸ਼ਿਆਂ ਦਾ ਦੈਂਤ ਦਿਨ ਰਾਤ ਸਾਡੇ ਨੌਜਵਾਨਾਂ ਨੂੰ ਨਿਗਲ ਰਿਹਾ, ਇਹ ਨਸ਼ਿਆਂ 'ਤੇ ਮੁਕੰਮਲ ਜਣੀ ਖਾਤਮਾ ਹੋਵੇ। ਸਾਰੀਆਂ ਸਰਕਾਰਾਂ ਹੁਣ ਤੱਕ ਕਹਿੰਦੀਆਂ ਰਹੀਆਂ ਵੀ ਅਸੀਂ ਨਸ਼ਿਆਂ ਦਾ ਖਾਤਮਾ ਕਰਾਂਗੇ, ਪਰ ਹਲੇ ਤੱਕ ਇਹਦੇ 'ਚੋਂ ਜਿੰਬੇ ਸਿਰ 'ਚੋਂ ਪੂਣੀ ਕਹਿੰਦੇ ਹੁੰਦੇ ਆ, ਮੈਂ ਕਹਿੰਦਾ ਪੂਣੀ 'ਚੋਂ ਤੰਦ ਵੀ ਨਹੀਂ ਕੱਟਿਆ। ਇਸ ਕਰਕੇ ਇਸ ਤਰ੍ਹਾਂ ਸਾਡੀਆਂ ਬਹੁਤ ਸਾਰੀਆਂ ਮੰਗਾਂ ਹੈ ਜਿਹੜੀਆਂ, ਇਹਨਾਂ ਮੰਗਾਂ ਦੇ ਨਿਪਟਾਰੇ ਵਾਸਤੇ ਅਸੀਂ ਅੱਜ ਪਹਿਲੇ ਪੜਾਅ ਵਜੋਂ ਜਿਹੜਾ 5 ਰੋਜ਼ਾ ਮੋਰਚਾ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਕੀਤਾ ਅਤੇ 10 ਤਰੀਕ ਨੂੰ ਅਸੀਂ ਅਗਲਾ ਐਲਾਨ ਕਰਾਂਗੇ ਸੂਬਾ ਕਮੇਟੀ ਦੀ ਮੀਟਿੰਗ ਕਰਕੇ। ਇਹਨਾਂ ਮੰਗਾਂ ਦਾ ਨਿਪਟਾਰਾ ਅਸੀਂ
ਭਗਵੰਤ ਮਾਨ ਦੀ ਸਰਕਾਰ ਦੇ ਨਾਲ ਕਰਨਾ, ਫਿਰ ਚੰਡੀਗੜ੍ਹ ਦਾ ਸਾਡਾ ਅਗਲਾ ਐਲਾਨ ਆਊਗਾ। ਗੱਲ ਕਰੀਏ ਇੱਕ ਛੋਟੇ ਆਪਾਂ ਕਿਸਾਨ ਤੇ ਮਜ਼ਦੂਰ ਇੱਕ ਪਾਸੇ, ਦੇਖੋ ਮੈਂ ਪਹਿਲਾਂ ਕਿਹਾ ਵੀ ਕਿਸਾਨਾਂ ਮਜ਼ਦੂਰਾਂ ਦੀ ਜ਼ਮੀਨ ਦੀ ਤੋੜ ਪੂਰਤੀ ਕੀਤੀ ਜਾਵੇ, ਕਿਸਾਨਾਂ ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਖਤਮ ਹੋਣ, ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਰੁਜ਼ਗਾਰ ਦਾ ਪ੍ਰਬੰਧ ਹੋਵੇ, ਕਿਸਾਨਾਂ ਮਜ਼ਦੂਰਾਂ ਦੇ ਬੱਚਿਆਂ ਨੂੰ ਬਚਾਉਣ ਖਾਤਰ ਨਸ਼ੇ ਦਾ ਖਾਤਮਾ ਹੋਵੇ, ਸਾਰੀਆਂ ਅਸੀਂ ਮਜ਼ਦੂਰਾਂ ਦੀਆਂ ਨਾਲ ਮੰਗਾਂ, ਅਤੇ ਸਾਡੇ ਨਾਲ ਮਜ਼ਦੂਰ ਜਥੇਬੰਦੀ ਵਿੱਚ ਵੀ ਆਏ ਹੋਏ ਆ, ਆਉਣਗੇ ਲਗਾਤਾਰ। ਮੈਂ ਝੰਡਾ ਸਿੰਘ, ਭਾਰਤ ਕਿਸਾਨ ਯੂਨੀ ਏਕਤਾ ਗਰਾਹਾਂ ਦਾ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਹਾਂ। ਅਸੀਂ ਸੂਬੇ ਵੱਲੋਂ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ 5 ਰੋਜ਼ੇ ਮਤਲਬ ਧਰਨਿਆਂ ਦਾ ਐਲਾਨ ਕੀਤਾ ਸੀ, ਉਹ ਅੱਜ ਸ਼ੁਰੂ ਹੋ ਚੁੱਕੇ ਹੈ। ਇਹ 10 ਤੱਕ ਚੱਲਣਗੇ, ਜੇ 10 ਤੱਕ ਵੀ ਸਰਕਾਰ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਉਹਨਾਂ 'ਤੇ ਕੋਈ ਗੌਰ ਨਹੀਂ ਕਰਦੀ, ਤਾਂ ਅਸੀਂ 10 ਨੂੰ ਅਗਲਾ ਐਲਾਨ ਚੰਡੀਗੜ੍ਹ ਦੇ ਮੋਰਚੇ ਦਾ ਅਣਮਿੱਥ ਸਮੇਂ ਦਾ ਕਰਾਂਗੇ। ਸਾਡੀ ਜਿਹਦੇ 'ਚ ਸਾਰਿਆਂ ਨੂੰ ਜਿਹੜੀ ਮੇਨ ਮੰਗ ਹੈ, ਜਿਹੜਾ ਇਹਨਾਂ ਨੇ ਵਾਅਦਾ ਵੀ ਕਰਿਆ ਕਿ ਅਸੀਂ ਕਿਸਾਨ ਪੱਖੀ ਜਿਹੜੀ ਖੇਤੀ ਨੀਤੀ ਲਿਆਵਾਂਗੇ, ਉਹਦੇ ਖਰੜੇ ਵੀ ਲੈ ਲਏ, ਬੁੱਧੀਜੀਵੀਆਂ ਨੂੰ ਵੀ ਕਿਹਾ, ਅਖੀਰ ਇਹ ਕਰਤਾ ਵੀ ਅਮਰੀਕਾ ਨੂੰ ਜਾ ਕੇ ਕਹੇ ਤਾਂ ਫੜਾ ਦੇ ਦੇ ਕਰੋੜਾਂ ਰੁਪਏ ਕਿ ਤੁਸੀਂ ਸਾਨੂੰ ਦੱਸੋ ਵੀ ਖੇਤੀ ਨੀਤੀ ਕੀ ਹੋਵੇ। ਉਹ ਵੀ ਉਹਨਾਂ ਨੇ ਕੀ ਸਿਫਾਰਸ਼ ਕਰੀਏ ਕੀ ਨਾ ਕਰੀਏ ਜਿਹਨੂੰ ਕਿਸੇ ਨੂੰ ਕੋਈ ਪਤਾ ਨਹੀਂ, ਜਿਹਨੂੰ ਖੇਤੀ ਨੀਤੀ ਤੋਂ ਸਰਕਾਰ ਭੱਜ ਚੁੱਕੀ। ਜਿੰਨੇ ਵੀ ਇਹਨਾਂ ਨੇ ਵਾਅਦੇ ਕੀਤੇ, ਕੋਈ ਵੀ ਵਾਅਦਾ ਇਹਨਾਂ ਨੇ ਪੂਰਾ ਨਹੀਂ ਕੀਤਾ, ਜਿਹਨੂੰ ਕੋਈ ਇੱਕ ਵਾਅਦਾ ਨਹੀਂ ਗੰਢਿਆ ਸਕਦੇ, ਅਤੇ ਬੋਰਡ ਸਾਰੇ ਵਾਅਦਿਆਂ ਦੇ ਲਾਏ ਪਏ ਵੀ ਸੀ ਪੂਰੇ ਕਰਦੇ, ਉਹਨਾਂ ਦੇ ਹਿਸਾਬ ਨਾਲ ਤਾਂ ਨਸ਼ਾ ਵੀ ਖਤਮ ਹੋ ਗਿਆ, ਉਹਨਾਂ ਦੇ ਹਿਸਾਬ ਨਾਲ ਤਾਂ ਭ੍ਰਿਸ਼ਟਾਚਾਰ ਵੀ ਖਤਮ ਹੋ ਗਿਆ, ਉਹਨਾਂ ਦੇ ਹਿਸਾਬ ਨਾਲ ਤਾਂ ਬੇਰੁਜ਼ਗਾਰੀ ਵੀ ਖਤਮ ਹੋ ਗਈ। ਇਹ 5 ਦਿਨ ਦਾ ਸਾਡਾ ਮਿੱਥਿਆ ਹੋਇਆ, 5 ਦਿਨ ਚੱਲੂਗਾ, ਲਾਸਟ ਦਿਨ 'ਤੇ ਅਸੀਂ ਵੱਡੇ ਇਕੱਠ ਕਰਕੇ ਅਗਲਾ ਜਿਹੜਾ ਐਲਾਨ ਕਰਾਂਗੇ, ਉਹ ਅਸੀਂ ਗਾਹਾਂ ਕੀ ਕਰਨਾ, ਕੀ ਬਿਆਉਂਤ ਹੈਗੀ ਹੈ, ਉਹ ਸਾਡੀ ਇੱਕ ਅੱਧੇ ਦਿਨ 'ਚ ਮੀਟਿੰਗ ਹੋਣ ਵਾਲੀ ਹੈਗੀ ਹੈ, ਆ ਚੱਲਦੇ ਮੋਰਚੇ 'ਚ ਹੋਣੀ ਹੈ, ਅਤੇ ਉਹਦਾ ਐਲਾਨ ਅਸੀਂ ਮਤਲਬ ਲਾਸਟ ਦਿਨ 'ਤੇ ਕਰਾਂਗੇ।